ਸ਼ੰਭੂ ਅਲੱਗ ਅਲੱਗ ਜਥੇਬੰਦੀ ਪਹੁੰਚ ਰਹੇ ਨੇ ਮਹੰਤ ਜਸਲੀਨ ਪਟਿਆਲਾ ਪਹੁੰਚੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਤੁਸੀਂ ਪਹਿਲਾਂ ਵੀ ਜਦੋਂ ਮੋਰਚਾ ਲੱਗਿਆ ਸੀ ਹਰੇਕ ਜਗ੍ਹਾ ਨਾਲ ਹੁੰਦੇ ਹੋ, ਤੇ ਇਸ ਵਾਰ ਵੀ ਮੋਰਚੇ ਤੇ ਪਹੁੰਚੇ ਹੋ, ਕਿਵੇਂ ਦੇਖਦੇ ਹੋ ਉਸ ਮੋਰਚੇ ਨੂੰ? ਦੇਖੋ ਜੀ, ਹੱਕ ਤੇ ਸੱਚ ਦੀ ਲੜਾਈ ਆ, ਪਹਿਲਾਂ ਵੀ ਚੱਲੀ ਸੀ ਤੇ ਹੁਣ ਅਸੀਂ ਕੋਈ ਨਵੀਂ ਨਹੀਂ ਤੋਰੀ, ਸਾਡੇ ਮਾਂ ਪਿਓ ਨੇ ਨਹੀਂ ਕੋਈ ਨਵੀਂ ਤੋਰੀ, ਇਹ ਤਾਂ ਸ਼ੁਰੂ ਤੋਂ ਹੀ ਚੱਲਦੀਆਂ ਆਈਆਂ ਨੇ ਜੀ। ਇਹ ਤਾਂ ਸਾਡੇ ਪੀਰਾਂ ਪੈਗੰਬਰਾਂ ਤੋਂ ਸ਼ੁਰੂ ਹੋਈਆਂ ਹੋਈਆਂ ਨੇ ਸਾਡੇ ਹੱਕ ਸੱਚ ਦੀ ਲੜਾਈ, ਇਹ ਤਾਂ ਲੜਦੀ ਹੋ ਪੈਣੀ ਆ ਸਾਨੂੰ, ਸਾਡੇ ਹੱਕ ਸਾਨੂੰ ਕਦੇ ਕਿਸੇ ਨੇ ਨਹੀਂ ਦੇਣੇ। ਮੇਰੇ ਇੱਕ ਪੰਜਾਬੀ ਦੇ ਮੈਡਮ ਹੁੰਦੇ ਸੀ, ਉਹ ਮੈਨੂੰ ਬੜੀ ਚੰਗੀ ਤਰ੍ਹਾਂ ਸਮਝਾਉਂਦੇ ਹੁੰਦੇ ਸੀ ਕਿ ਜਸਲੀਨ ਜ਼ਿੰਦਗੀ 'ਚ ਯਾਦ ਰੱਖੀ, ਤੁਹਾਡੇ ਹੱਕ ਤੁਹਾਨੂੰ ਕਿਸੇ ਨੇ ਨਹੀਂ ਦੇਣੇ, ਸਾਡਾ ਹੱਕ ਇੱਥੇ ਰੱਖ ਸਾਨੂੰ ਆਪ ਲੈਣਾ ਪੈਣਾ, ਤੁਹਾਡਾ ਹੱਕ ਤੁਹਾਨੂੰ ਕਿਸੇ ਨੇ ਥਾਲੀ 'ਚ ਪਰੋਸ ਕੇ ਨਹੀਂ ਦੇਣਾ, ਇਹ ਤਾਂ ਸਾਨੂੰ ਲੈਣਾ ਹੀ ਪੈਣਾ ਜੀ। ਮੋਰਚੇ ਕਿੰਨੇ ਕੁ ਲੱਗਦੇ ਰਹਿਣਗੇ? ਹਰੇਕ ਵਾਰੀ ਮੋਰਚਾ ਲੱਗਦਾ, ਪਹਿਲਾਂ ਲੱਗਿਆ ਸੀ ਮੋਰਚਾ, ਸਾਲ ਬੈਠੇ ਰਹੇ ਦਿੱਲੀ, ਤਾਂ ਉਹਨੇ ਬਿੱਲ ਉਹਨਾਂ ਨੇ ਜਿਹੜੇ ਮੁੜਵਾਏ ਨੇ, ਸਰਕਾਰ ਨੇ ਬਿੱਲ ਰੱਦ ਕੀਤੇ ਨੇ ਜੋ ਕਿਸਾਨ ਕਰਵਾਉਣਾ ਚਾਹੁੰਦੇ ਸੀ, ਹੁਣ ਦੁਬਾਰਾ ਫੇਰ ਆ, 5 ਦਿਨ ਹੋ ਗਏ ਬੈਠੇ ਨੂੰ ਸ਼ੰਭੂ ਬਾਰਡਰ ਤੇ, ਅੱਗੇ ਨਹੀਂ ਜਾਣ ਦੇ ਰਹੇ, ਕਦੋਂ ਤੱਕ ਮੋਰਚੇ ਚੱਲਦੇ ਰਹਿਣਗੇ? ਤਾਂ ਦੇਖੋ ਜੀ, ਜਦੋਂ ਤੱਕ ਇਹ ਜ਼ਾਲਮ ਸਰਕਾਰਾਂ ਸਾਡੇ ਤੇ ਆਪਣੇ ਜ਼ੁਲਮ ਕਰਦੀਆਂ ਰਹਿਣਗੀਆਂ, ਤਦ ਤੱਕ ਇਹ ਮੋਰਚੇ ਚੱਲਦੇ ਰਹਿਣਗੇ ਜੀ, ਇਹ ਤਾਂ ਚੱਲਣਗੇ ਮੋਰਚੇ ਜੀ। ਇਹ ਤਾਂ ਸਾਡੇ ਨੌਜਵਾਨਾਂ 'ਚ ਇੰਨਾ ਜਜ਼ਬਾ, ਇੰਨਾ ਉਤਸ਼ਾਹ ਮੈਂ ਨਹੀਂ ਦੇਖਿਆ ਕਦੇ। ਹਰੇਕ ਦੇਖੋ, ਕਿੰਨੇ ਹੀ ਮੇਰੇ ਪੰਜਾਬ ਪੁਲਿਸ ਦੇ ਇੱਥੇ ਨੌਜਵਾਨ ਵੀ ਡਿਊਟੀਆਂ ਕਰਦੇ ਨੇ, ਜਾਂ ਕਹਿ ਲਓ ਤੁਸੀਂ ਹਨਾ, ਕਿੰਨੇ ਹੀ CID ਵਾਲੇ ਇੰਸਪੈਕਟਰ ਆਏ ਹੋਏ ਨੇ, ਪਤਾ ਨਹੀਂ ਕੌਣ ਕੌਣ ਸਾਡੇ ਵਿੱਚ ਖੜਾ ਹੈ। ਸਭ ਨੂੰ ਨਾ ਲੰਘਦੇ ਵਰਦੇ ਨੂੰ ਕਹਿੰਦੇ, ਵੀਰੇ ਪ੍ਰਸ਼ਾਦਾ ਛੱਕ ਕੇ ਜਾਇਓ ਜੀ, ਆਹ ਛੱਕ ਕੇ ਜਾਇਓ ਜੀ, ਮੋਰਚਾ ਘੱਟ ਲੰਗਰ ਜ਼ਿਆਦੇ ਲੱਗ ਰਹੇ ਨੇ ਇੱਥੇ। ਜਦੋਂ ਸਟਾਰਟਿੰਗ ਵਿੱਚ ਆਇਆ ਜੀ ਮੋਰਚਾ ਲੱਗਿਆ ਸੀਗਾ, ਜਦੋਂ ਕੋਈ ਟਾਵਾਂ ਟਾਵਾਂ ਲੰਗਰ ਸੀਗਾ, ਹੁਣ ਤਾਂ ਆਪਾਂ ਦੇਖਦੇ ਹਾਂ ਵੀ ਮੋਰਚਾ ਬਹੁਤ ਲੰਬਾ ਦੂਰ ਤੱਕ ਚੱਲਿਆ ਗਿਆ, ਤਾਂ ਲੰਗਰ ਵੀ ਕਿਨੂਆ ਦਾ ਲੰਗਰ ਵੀ ਚੱਲਦਾ, ਸਮੋਸਿਆਂ ਦਾ ਲੰਗਰ ਚੱਲਦਾ, ਤੇ ਹੋਰ ਰੋਟੀ ਪਾਣੀ ਦਾ ਚੱਲੇ ਰਿਹਾ, ਮਿੱਠੇ ਚੌਲ ਚੱਲ ਰਹੇ ਨੇ। ਪੰਜਾਬੀਆਂ ਦੀ ਖਾਸੀਅਤ ਆ ਜੀ, ਕਹਿੰਦੇ ਜਿੱਥੇ ਵੀ ਇਹ ਜਾਣ ਪੰਜਾਬੀ ਨਵਾਂ ਪੰਜਾਬ ਵਸਾਉਂਦੇ ਨੇ। ਹੁਣ ਜੇ ਮੈਂ ਸੋਚਾਂ ਵੀ ਤੁਸੀਂ ਕਹੋ ਵੀ ਅੰਮ੍ਰਿਤਸਰ 'ਚ ਪੰਜਾਬ ਨਹੀਂ, ਪੰਜਾਬ ਤਾਂ ਇੱਥੇ ਬਣਾਤਾ ਮੇਰੇ ਪੰਜਾਬੀਆਂ ਨੇ ਆ ਕੇ। ਇੱਥੇ ਦੇਖ ਲਓ ਤੁਸੀਂ, ਪੱਗਾਂ ਵਾਲੇ ਸਰਦਾਰ ਏ ਸਰਦਾਰ ਦਿਖ ਰਹੇ ਨੇ ਚਾਰੇ ਪਾਸੇ ਜੀ, ਕੋਈ ਕਹਿ ਦੂਗਾ? ਕੋਈ ਗੱਲ ਨਹੀਂ ਜੀ, ਮੈਂ ਤਾਂ ਬਸ ਇੰਨੀ ਕੁ ਮੇਰੇ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਸੰਘਰਸ਼ 'ਚ ਆਉਣ ਤੋਂ ਪਹਿਲਾਂ ਥੋੜ੍ਹਾ ਜਿਹਾ ਧਿਆਨ ਨਾਲ ਆਉਣਾ, ਆਪਣੇ ਟਰੈਕਟਰ ਟਰਾਲੀਆਂ ਹੁੱਲੜਬਾਜ਼ੀਆਂ ਨਹੀਂ ਕਰਨੀਆਂ, ਥੋੜ੍ਹਾ ਜਿਹਾ ਸੋਚ ਸਮਝ ਕੇ ਚੱਲਣਾ ਹੈ, ਤਾਂ ਜੋ ਕੋਈ ਅਣਸੁਖਾਂ ਦੀ ਘਟਨਾ ਨਾ ਹੋਵੇ। ਪਹਿਲਾਂ ਦਿੱਲੀ ਦੇ ਮੋਰਚੇ ਸਾਡੇ ਕਿੰਨੇ ਨੌਜਵਾਨ ਸ਼ਹੀਦ ਹੋ ਗਏ, ਮਾਵਾਂ ਨੂੰ ਪੁੱਤ ਨਹੀਂ ਮਿਲਣੇ, ਇਹ ਸੱਚ ਹੈ ਬਿਲਕੁਲ। ਪਰ ਮੈਂ ਕਹਿੰਦੀ ਹਾਂ ਮੋਰਚੇ 'ਚ ਬੜਾ ਧਿਆਨ ਤੇ ਸੂਝਵਾਨੀ ਨਾਲ ਆ ਕੇ ਉਸ ਮੋਰਚੇ ਨੂੰ ਜਿਵੇਂ ਵੀ ਸਾਨੂੰ ਜਿਹੜੀਆਂ ਸਾਡੀਆਂ ਮੂਹਰੋਂ ਜਥੇਬੰਦੀਆਂ ਇਨਸਟਰਕਸ਼ਨਸ ਦੇ ਰਹੀਆਂ ਨੇ, ਉਹ ਇਨਸਟਰਕਸ਼ਨਸ ਨੂੰ ਮੰਨਦੇ ਹੋਏ ਉਹਨਾਂ ਸਾਵਧਾਨੀਆਂ ਦਾ ਵੀ ਧਿਆਨ। ਬਹੁਤ ਸਰਕਾਰ ਵੱਲੋਂ ਜ਼ਖਮ ਹੈ, ਜਿਹੜੇ ਨੌਜਵਾਨ ਜ਼ਖਮੀ ਹੋਏ ਨੇ 250 ਦੇ ਕਰੀਬ, ਵੱਡੇ ਵੱਡੇ ਗੰਭੀਰ ਫੱਟ ਪੈ ਗਏ, ਉਹਦੇ ਬਾਰੇ ਕੀ ਕਹੋਗੇ ਵੀ ਸਰਕਾਰ ਐਡਾ ਜ਼ੁਲਮ ਕਰ ਰਹੀ ਹੈ, ਉਧਰੋਂ ਅਥਰੂ ਕਹਦੇ ਗੋਲੇ ਸਿੱਟ ਰਹੇ ਨੇ ਤੇ ਮਾਰੂ ਗੋਲੇ ਵੀ ਸਿੱਟ ਰਹੇ ਨੇ? ਦੇਖੋ, ਕੱਲ ਨਾ ਪਟਿਆਲੇ ਦੇ DC ਸਾਹਿਬ ਨੇ ਬਿਆਨ ਦਿੱਤਾ ਕਿ ਜਿਹੜਾ ਤੁਹਾਡਾ ਡਰੋਨ ਆ ਨਾ, ਉਹ ਤੁਹਾਡੀ ਹੱਥ ਦੇ ਅੰਦਰ ਰਹਿਣਾ ਚਾਹੀਦਾ, ਉਹ ਸਾਡੇ ਪਾਸੇ ਨਹੀਂ ਆਉਣਾ ਚਾਹੀਦਾ, ਹਰਿਆਣੇ ਵਾਲੇ ਨੇ ਆਪਣੇ ਪਾਸੇ ਰੱਖੋ, ਹਰਿਆਣੇ ਸਰਕਾਰ ਨੂੰ ਉਹਨਾਂ ਨੇ ਇਹ ਗੱਲ ਕਹੀ। ਬੜਾ ਚੰਗਾ ਲੱਗਿਆ ਇਹ ਗੱਲ ਕਹਿ ਕੇ ਕਿ ਉਹ ਦੇਖੋ, ਉਹ ਵੀ ਉਸ ਟਾਈਮ ਅਫਸਰ ਆਪਣੇ ਅਹੁਦੇ ਤੇ ਬੈਠਾ, ਉਹ ਮੈਨੂੰ ਇਨਡਾਇਰੈਕਟਲੀ ਨਹੀਂ ਗੱਲ ਕਰ ਸਕਦਾ, ਇਨਡਾਇਰੈਕਟਲੀ ਗੱਲ ਕਰਦਾ, ਡਾਇਰੈਕਟਲੀ ਨਹੀਂ ਗੱਲ ਕਰ ਸਕਦਾ। ਇਹ ਗੱਲ ਲਈ ਮੈਨੂੰ ਬਹੁਤ ਚੰਗਾ ਲੱਗਿਆ ਕਿ ਹਾਂ, ਉਹ ਵੀਰ ਨੇ ਆ ਕੇ, ਮੇਰੇ ਵੀਰ ਨੇ ਆ ਕੇ ਇਹ ਗੱਲ ਕਹੀ ਕਿ ਤੁਸੀਂ ਭਾਈ ਆਪਣਾ ਡਰੋਨ ਆਪਣੇ ਪਾਸੇ ਰੱਖੋ। ਕੋਈ ਗੱਲ ਨਹੀਂ ਜੀ, ਜ਼ਖਮੀਆਂ ਨੇ ਕੋਈ ਗੱਲ ਨਹੀਂ ਜੀ, ਇਹ ਤਾਂ ਜੰਗਾ ਜੁੱਦਾਂ 'ਚ ਇੰਨਾ ਕੁ ਤਾਂ ਚੱਲਦਾ ਹੀ ਰਹਿੰਦਾ ਹੈ ਜੀ। ਪੰਜਾਬ ਦੀ ਜਿਹੜੀ ਪੁਲਿਸ ਹੈ, ਇਹ ਦੇ ਰਹੀ ਆ ਸਾਥ, ਤੁਹਾਨੂੰ ਲੱਗਦਾ ਮੋਰਚੇ ਨਾਲ? ਦੇਖੋ ਜੀ, ਪੰਜਾਬ ਪੁਲਿਸ ਕੋਈ ਵੱਖਰੀ ਕੋਈ ਰੱਬ ਤੋਂ ਉੱਤਰ ਕੇ ਤਾਂ ਆਈ ਨਹੀਂ ਹੈਗੀ, ਉਹ ਤਾਂ ਮੇਰੀ ਨੌਜਵਾਨ ਵੀਰ ਨੇ, ਸਾਡੀ ਭੈਣ ਭਾਈ, ਸਾਡੀ ਧੀਆਂ ਪੁੱਤ, ਕਿੰਨੇ ਕਿਸਾਨਾਂ ਦੇ ਪੁੱਤ ਨੌਜਵਾਨ ਜਿਹੜੇ ਹੋਣਗੇ ਪੰਜਾਬ ਪੁਲਿਸ 'ਚ ਭਰਤੀ ਹੋਏ ਨੇ, ਉਹ ਆਪਣੀ ਡਿਊਟੀ ਕਰਦੇ ਨੇ ਜੀ। ਉਧਰੋਂ ਫੈਰ ਸਿੱਟ ਰਹੇ ਨੇ ਅਥਰੂ ਗਏ ਤੇ, ਉਹਦੇ ਵਿੱਚ ਵੀ ਤਾਂ ਪੰਜਾਬੀ ਹੋਣਗੇ ਫਿਰ? ਕੋਈ ਗੱਲ ਨਹੀਂ ਜੀ, ਉਹ ਆਪਣੀ ਡਿਊਟੀ ਕਰ ਰਹੇ ਨੇ, ਉਹਨਾਂ ਨੂੰ ਆਪਣੀ ਡਿਊਟੀ ਕਰਨ ਦਿਓ, ਸਾਨੂੰ ਆਪਣੀ ਕਰਨ ਦਿਓ, ਹੋਰ ਸਿੱਟ ਲੈਣ, ਕੋਈ ਗੱਲ ਨਹੀਂ, ਅਸੀਂ ਇਹਨਾਂ ਨਾਲ ਕਿਆ ਮਰਨਾ, ਅਥਰੂ ਗੈਸਾਂ ਨਾਲ ਮਾਰਨ ਵਾਲਿਆਂ ਨੇ ਸਾਨੂੰ ਜਦੋਂ ਮਾਰਿਆ ਸੀ ਨਾ, ਪੰਜਾਬੀ ਕੌਮ ਨੂੰ ਖਤਮ ਕਰਨ ਲਈ,
ਬਹੁਤ ਵੱਡੇ ਵੱਡੇ ਬੰਬ ਸਿੱਟੇ ਸੀ ਸਾਡੇ ਤੇ, ਅਸੀਂ ਤਾਂ ਉਦੋਂ ਨਹੀਂ ਖਤਮ ਹੋਏ, ਹੁਣ ਖਤਮ ਕੀ ਹੋਣਾ ਸੀ ਨੇ। ਬਸ ਮੈਂ ਕਹਿਣਾ ਚਾਹੁੰਦੀ ਹਾਂ ਕੋਈ ਗੱਲ ਨੀ ਜੀ, ਜੰਗ ਹੈ ਜਿੱਤਾਂਗੇ ਜ਼ਰੂਰ, ਜਾਰੀ ਰੱਖਣੀ ਪੈਣੀ ਹੈ। ਬਸ ਧੰਨਵਾਦ। ਇਹ ਸਾਡੇ ਨਾਲ ਸੀਗੇ ਮਹੰਤ ਜਸਲੀਨ ਪਟਿਆਲਾ ਤੇ ਮੈਂ ਸ਼ੰਭੂ ਬਾਟਾ ਤੋਂ ਮਨਿੰਦਰ ਸਿੰਘ, ਜੁੜੇ ਰਹੋ ਮੇਰੇ ਨਾਲ, ਮੈਂ ਕਹਿ ਰਿਹਾ ਸੀ ਤੁਹਾਨੂੰ।